Pedro, Pedro. बोलिए सच्चे दरबार की, बोलिए सच्चे दरबार की। तुहानू मैं पहला भी कहा सी जय घोष की आवाज जरा जय घोष दे नाल दिया करो, आवाज जरा जय घोष दे नाल दिया करो। रिवर्ब कटाऊगा जी। बोलिए सच्चे दरबार की, सच्चे दरबार की।
ਦੇ ਕੇ ਜਰਾ ਕਹਿੰਦੇ ਜੇ ਛੋਟੇ ਬੱਚੇ ਨੂੰ ਮਨਾਉਣਾ ਹੋਵੇ ਸੰਤਰੇ ਦੀ ਫਾੜੀ ਕਾਫੀ ਏ, ਜੇ ਕਹਿੰਦੇ ਘਰ ਵਾਲੀ ਨੂੰ ਮਨਾਉਣਾ ਹੋਵੇ 10,000 ਦੀ ਸਾੜੀ ਕਾਫੀ ਏ, ਜੇ ਕਹਿੰਦੇ ਮਹਾਮਾਈ ਨੂੰ ਮਨਾਉਣਾ ਹੋਵੇ ਤੇ 2 ਹੱਥ ਦੀ ਤਾੜੀ ਕਾਫੀ ਹੈ। ਜਿਹੜਾ ਖੁੱਲ੍ਹ ਕੇ ਵਜਾ ਲਿਓ, ਮਹਾਮਾਈ ਨੂੰ ਪਤਾ ਲੱਗਣਾ ਚਾਹੀਦਾ ਮਹਾਮਾਈ ਦੇ ਭਗਤ ਬੈਠੇ ਨੇ ਦਰਬਾਰ ਦੇ ਉੱਤੇ। ਲਓ ਜੀ, ਉਹੀ ਆਵਾਜ਼ ਤੁਹਾਡੇ ਰੂਬਰੂ ਸਨੀ ਦੋਸ਼ੀ ਜੀ। ਸਾਡੇ ਵੀਰਾ ਭਾਅ ਜੀ ਪ੍ਰਧਾਨ ਜੀ ਫਰਾਂਸ ਤੋਂ ਬਹੁਤ ਸਾਰਾ ਮਾਣ ਸਤਿਕਾਰ, ਜਿਨ੍ਹਾਂ ਦੀ ਬਦੌਲਤ ਤੁਹਾਡੇ ਦਰਸ਼ਨ ਹੋਏ ਨੇ ਸਾਰਿਆਂ ਦੇ। ਢਿੱਲੋਂ ਭਾਅ ਜੀ, ਵੀਰਾ ਭਾਅ ਜੀ ਸਾਡੇ, ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ ਵੀਰੇ ਭਾਅ ਜੀ ਵਾਸਤੇ, ਕਿਉਂਕਿ ਸਭ ਤੋਂ ਘੱਟ ਇਹ ਨੱਚੇ ਨੇ। ਬੁਲਾਉਂਦੇ ਹਾਂ ਭਾਅ ਜੀ ਨੂੰ ਵੀ, ਮੈਂ ਚਾਹ ਕੇ ਜਾਣਾ, ਇੱਦਾਂ ਨਹੀਂ ਮੈਂ ਜਾਂਦਾ। ਲਾਟਰੀ 1-2 ਭਜਨ ਨੇ, 2-3 ਭਜਨ ਨੇ, ਹਿੰਦੀ ਭਜਨ ਦੀ ਭਾਅ ਜੀ ਫਰਮਾਇਸ਼ ਕੀਤੀ ਹੈ। ਇੱਕ ਚੱਕਮਾ ਜਿਹਾ ਹਿੰਦੀ ਭਜਨ ਸੁਣਾ ਰਿਹਾ ਤੁਹਾਨੂੰ ਨਵਾਂ ਬਿਲਕੁਲ। ਹੋ ਭਗਤੀ ਤੇਰੀ ਪਾ ਕੇ ਖੁਸ਼ਕਤੀ ਤੇਰੀ ਪਾਕ ਹੈ, ਬੰਦਗੀ ਕਰੇ ਜੋ ਤੇਰੀ ਤੇਰੀ ਉਸਕੀ ਤੋਂ ਕਿਆ ਬਾਤ ਹੈ। ਆਜਾ ਆਜਾ ਯਾਰੇ ਯਾਰੇ ਯਾਰੇ, ਆਜਾ ਆਜਾ ਯਾਰੇ ਯਾਰੇ ਯਾਰ, ਉਹ ਸ਼ਿਰੋਮਣੀ ਮਈਆ ਤੇਰੀ ਝੋਲੀ ਭਰੇਗੀ, ਚਰਨੋਂ ਮੈਂ ਆਓਗੇ ਤੋ ਮੇਰੀ ਕਰੇਗੀ। ਸ਼ਿਰੋਮਣੀ 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 ਤਾੜੀ। Thank you.
किया उसका है सब कुछ दिया। आ गया
ਮਿਹਰਬਾਨੀ ਜੀ ਪ੍ਰਧਾਨ ਜੀ ਸਾਡੇ ਆ ਜਾਓ ਸ਼ਗਨ ਦੇ ਦਿਓ ਮੈਨੂੰ ਆ ਕੇ ਫਰਾਂਸ ਤੋਂ ਵੀਰਾ ਭਾਅ ਜੀ ਸਾਡੇ ਕਾਲੀ ਮਾਤਾ ਦੀ ਭੇਟ ਉਹ ਵੀ ਸੁਣਾ ਦਿੰਦੇ ਹਾਂ ਤੁਹਾਨੂੰ ਬਿਲਕੁਲ ਜੀ ਬਿਲਕੁਲ ਭਾਅ ਜੀ ਕਹਿੰਦੇ ਚੌਂਕੀਆਂ ਬਹੁਤ ਆ ਜਾਣੀਆਂ ਜੇ ਕਾਲੀ ਮਾਤਾ ਦੀ ਗਾਣੀ ਸ਼ੁਰੂ ਕਰਤੀ ਅਸੀਂ ਸੋਚੇ ਜਿੰਨੇ ਸਿਆਣੇ ਮੈਂ ਅੱਗੇ ਕਹਿੰਦਾ ਨਾ ਜਿੰਨੇ ਸਿਆਣੇ ਸਭ ਲੁਧਿਆਣੇ ਪਰ ਇਹ ਨਹੀਂ ਪਤਾ ਹੋਰ ਸਿਆਣੇ ਵੀ ਬੜੇ ਬੈਠੇ ਨੇ ਹਾਂਜੀ ਅੱਛਾ ਅੱਛਾ ਹੀਰ ਸਾਈ ਓਕੇ ਓਕੇ ਜੀ ਹਾਂਜੀ ਬਾਬਾ ਜੀ ਇੱਕ ਭਜਨ ਮੈਂ ਲਿਖਿਆ ਸੀ ਮੈਂ ਨਹੀਂ ਲਿਖਿਆ ਕਹਿਣ ਨੂੰ ਮੈਂ ਆ ਜਾਂਦੀ ਹੈ ਮਹਾਮਾਈ ਨੇ ਲਿਖਵਾਇਆ ਸੀ ਕੋਸ਼ਿਸ਼ ਕੀਤੀ ਸੀ ਮੈਂ ਇਹ ਭਜਨ ਨੂੰ ਵੀ ਬੇਹੱਦ ਪਿਆਰ ਮਿਲਿਆ ਜਿਹਨਾਂ ਮੇਰੇ ਵੀਰਾਂ ਨੇ ਨੱਚਣਾ ਭਾਅ ਜੀ ਚਾਹ ਪੀ ਕੇ ਕਾਇਮ ਹੋ ਗਏ ਆ ਜਾਓ ਫਿਰ ਨੱਚ ਲਿਓ ਹੁਣ ਹਾਜ਼ਰੀ ਲਾ ਲਿਓ ਬੜੀ ਸਿਫਤ ਸੁਣੀ ਸ਼ੇਰਾਂ ਵਾਲੀ ਮਾਂ ਜਾਂਦਾ ਕੋਈ ਨਹੀਂ ਹੈ ਤੇਰੇ ਦਰੋਂ ਖਾਲੀ ਮਾਂ ਇੱਕ ਵਾਰੀ ਮਾਂ ਤੂੰ ਆਪਣਾ ਬਣਾ ਲੈ ਆਇਆ ਮੈਂ ਹੱਥ ਜੋੜ ਕੇ ਆਇਆ ਮੈਂ ਹੱਥ ਜੋੜ ਕੇ ਹੁਣ ਪ੍ਰਧਾਨ ਜੀ ਨੇ ਮੈਨੂੰ ਜਾਣਾ ਕਿੱਧਰ ਹੈਗੇ ਜਰਾ ਸਾਹਮਣੇ ਆਓ ਬੜੀ ਸਿਫਤ ਸੁਣੀ ਸ਼ੇਰਾਂ ਵਾਲੀ ਮਾਂ ਜਾਂਦਾ ਕੋਈ ਨੀ ਹੈ ਤੇਰੇ ਤਾਂ ਰਖਾਲੀ ਮਾਂ ਤੇਰੇ ਤਾਂ ਰਖਾਲੀ ਮਾਂ ਇੱਕ ਵਾਰੀ ਮਾਂ ਤੂੰ ਆਪਣਾ ਬਣਾ ਹਾਂ ਇੱਦਾਂ ਬਹਿ ਕੇ ਆਰਾਮ ਨਾਲ ਸੁਣੋ ਤੂੰ ਆਪਣਾ ਬਣਾ ਤਾੜੀ ਜ਼ਰੂਰ ਆਉਣੀ ਚਾਹੀਦੀ ਹੈ ਤੂੰ ਆਪਣਾ ਬਣਾ ਤੂੰ ਆਪਣਾ ਬਣਾ ਤੂੰ ਆਪਣਾ ਤੂੰ ਆਪਣਾ ਤੂੰ ਆਪਣਾ ਵਨ ਟੂ ਥ੍ਰੀ ਫੋਰ
दुनिया तो आया मैं हाथी छोड़ के आया मैं हाथी चढ़ के आया मैं हाथी छोड़ के आया मैं हाथी चढ़ 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 के ਜੀ ਆ ਜਿਹੜੀ ਦੀ ਵੈਂਪਿੰਗ ਹੈ ਨਾ ਆਹ ਕੀਬੋਰਡ ਇਹਨਾਂ ਦੇ ਵਿੱਚ ਨਹੀਂ ਆ ਰਿਹਾ ਦੋਨਾਂ ਦੇ ਮੈਂ ਪਜ਼ਲ ਹੋ ਰਿਹਾ ਸੁਰ ਤੋਂ ਆ ਮੜਿਆ ਕਰਿਓ ਇੱਧਰ ਖੋਲ ਦੋ ਇਹਨਾਂ ਦੇ ਉਹ ਕੀਬੋਰਡ ਆਹ ਮੋਨੀਟਰਾਂ ਦੇ ਵਿੱਚ ਖੋਲੋ ਦੋਨਾਂ ਦੇ आया वन वन टू थ्री फोर ਜੀ ਫਰਾਂਸ ਪ੍ਰਧਾਨ ਸਾਹਿਬ ਬੜਾ ਪਿਆਰ ਭੇਜਿਆ ਜੀ ਮੇਰੇ ਲਈ ਸਤਿਕਾਰ ਹੈ ਜੀ ਤੁਹਾਡਾ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਇੱਕ ਵਾਰੀ ਖੁਸ਼ਰ ਦਵਾਲ ਸਨੀ ਦੋਸ਼ੀ ਜੀ ਇੰਨੀਆਂ ਸਲਾਬੀਆਂ ਤਾੜੀਆਂ ਯਾਰ ਜ਼ੋਰਦਾਰ ਤਾੜੀ ਮਾਰੋ ਮੰਨਿਆ ਸਵੇਰੇ ਮੀਂਹ ਪਿਆ ਪਰ ਪਤਾ ਥੋੜ੍ਹਾ ਲੱਗਣ ਦੇਣਾ ਆਪਾਂ ਦੋਸ਼ੀ ਸਾਹਿਬ ਨੂੰ ਕਿ ਮੀਂਹ ਪਿਆ ਜ਼ੋਰਦਾਰ ਤਾੜੀ ਮਾਰੋ ਜੀ ਭਗਤ ਦਰਸ਼ੋ ਜੀ ਦੀ ਅਰਦਾਸ ਹੈ ਮਾਂ ਦੇ ਚਰਨਾਂ ਦੇ ਵਿੱਚ ਮਹਾਮਾਈ ਸਦਾ ਮਿਹਰ ਭਰਿਆ ਹੱਥ ਰੱਖੇ ਬਾਬੇ ਅਸ਼ਰੂ ਭਗਤ ਜੀ ਉਹਦੇ ਨਾਂ ਦੀ ਅਰਦਾਸ ਹੈ ਮਹਾਮਾਈ ਦੇ ਚਰਨਾਂ ਦੇ ਵਿੱਚ ਜੋ ਬੋਲੇ ਸੋ ਨਿਰਭੈਰ ਯਾਰ ਆਵਾਜ਼ ਇੰਨੀ ਘੱਟ ਜੋ ਬੋਲੇ ਸੋ ਨਿਰਭੈਰ ਭਗਵਾਨ ਵਾਲਮੀਕ ਸਵਾਮੀ ਕੀ ਜੈ ਪਤਾ ਹੀ ਨਹੀਂ ਤੁਹਾਨੂੰ ਔਰ ਸਨੀ ਦੋਸ਼ੀ ਜੀ ਸੋਨਾ ਦਾ ਸਤਿਕਾਰ ਹੋ ਰਿਹਾ ਜੀ ਕਿਸੇ ਕੀ ਜੀ ਖੂਬਸੂਰਤ ਆਵਾਜ਼ ਸਨੀ ਭਾਅ ਜੀ ਇੱਥੇ ਆਓ ਔਰ ਰੈਡੀ ਜੀ ਤੁਸੀਂ ਵੀ ਆਓ ਇੱਕ ਵਾਰੀ ਇੱਥੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ ਜੀ ਸਨੀ ਦੋਸ਼ੀ ਜੀ ਦੇ ਪਾਪਾ ਜੀ ਵਾਸਤੇ ਕਿਉਂਕਿ ਬੜੀ ਵੱਡੀ ਦੇਣ ਆ ਇਹਨਾਂ ਦੀ ਨਾਲ ਹੋ ਜੀ ਨਾਲ ਇੱਧਰ ਹੋ ਤੁਸੀਂ ਜ਼ੋਰਦਾਰ ਤਾੜੀ ਮਾਰੋ ਜੀ ਤਾਰਾ ਰਾਣੀ ਵਾਲੇ ਭਗਤ ਦਨ ਹੀਰੇ ਬਾਜੀ
क्योंकि साढ़े सनी दोषी जी अपने बाबा जी के सुपने स्वीकार कर रहे ने। पिछे जे मेरा वीर वर्ल्ड टूर ला गया आया, विदेशों की धरती से बड़ा प्यार मिले मेरे वीर नूं, जोरदार ताड़ी मारो एक बारी। मैं चाहवांगा ताड़ा राणी वाले भगत जन हीरे बाजी, ताड़ा राणी वाले भगत जन सुना का सम्मान हो रहा जी। तुसी जी बस चंद कु मिनट लैनिया बात फिर। ताड़ा राणी वाले भगत जन और यार अनमुले इंटरटेनर तो साड़ा वीर राजू डिंपी सोंट तो साड़ा वीर सोंटी और बाल डिजिटल स्टूडियो और साड़ा वीर सोनू सोनू जी सन ऑफ करनैल सिंह जी जरनैल सिंह जी लिखिया कहने दूआ लिखिया कहने दूआ एक बड़ी जोरदार ताड़ी मारो मुंडे दी वास्ते। लिखाई बड़ी सोहनी आ, पेपर तो इदा लगता जिमें शाही चुपे के कीड़ा छड़िया हुंदा। और सोनू जी सन ऑफ जरनैल सिंह जी, निमाबा जी सुखविंदर सिंह जी सन ऑफ मखण सिंह जी, लाडी जी सन ऑफ सेवा जी, बशीरा जी एफ सी आई तो साडा वीर, सारे जने अपने सन्मान चिन्ह हासिल करो जी। एक जोरदार ताड़ी मारो अपने वास्ते, क्योंकि जब तक तू कुछ खो नहीं सकता तुझे शेरा वाली मां का दीदार हो नहीं सकता। अज सब तो प्यारी चीज त्याग के बैठी हो नींद, जिहड़ी सियाणे कहिंदे ने कि कंडियां दे भी आ जांदी है। और हाजी हाजी भाजी और एक अरदास है जी साडे वीर दी मां माई दे चरणां दे विच। शिंदा भाजी सुरजीत भाजी कुवैत तो मां माई अगर अरदास करदी हां जी, कुवैत तो सीधा कैनेडा कैनेडा, ठीक है जी, क्या बात है जी। अगले साल नूं फिर कैनेडा वाले पैसे आउणगे साडे लई, मेरे वास्ते दोषी वास्ते, ठीक है जी, क्या बात है जी। हाँ जी तारा राणी वाले वीर आया ही रे, तू ला ला यार, दसो भाजी दसो, दोषी साहब ढोडा करके सारे हटी गया बीबियां, इन्हां दी फरमायश ही तुहानूं दोबारा सदन दी। एक बार जोरदार ताड़ी मारो दोषी वास्ते साडी दोषी जी, क्योंकि इन्हां दी ज्यादा डिमांड सी तुहानूं। शीरा भाजी शीरा भाजी एस सी आई तो, हाँ जी हो गए जी। मेरे भाजी इधर रहो तुम हम दो मिनट, बबल बबल साहब की ड्यूटी हम तुम निभानी है। और लाडी भाजी हो गए, लाडी भाजी का लाडी भाजी का हो गया जी, लाडी भाजी सन ऑफ सेमा जी, सुखविंदर सिंह जी सन ऑफ मखण सिंह जी, निमा जी सोनू जी का हो गया, सोनू जी जरनैल सिंह और पम्मे भाजी का, डिंपल भाजी आ जाए करो तुम उपर डॉक्टर साहब दीपे। और साढ़े बिला भाजी बड़ी अच्छी सोच के मालिक ने, जोरदार ताड़ियां मारो एक बारी। नानक नीमे जोत ले लागे ना ताती वाओ। पम्मा जी सन ऑफ बीरा सिंह जी, किथे ने कवैत वाले, सो पम्मा जी कवैत वाले उन्हां दा कोई भी परिवारक मैंबर अगर साडी आवाज़ सुनदे हो तो जल्द तो जल्द अपना सन्मान चिन्ह हासिल करो जी। एक बार फिर तो मैं चाहवांगा कि सेवादार वीरां वास्ते जोरदार ताड़ी होनी चाहिए, क्योंकि बड़ी मेहनत करते हैं साढ़े वीर। और डिंपल भाजी निबड़े अपना काम करी आओ फिर तुम भी यार, ये भाजी देने वाले जो साढ़े डॉक्टर डिंपल जी बड़ा प्यार है, बड़ा प्यारा वीर है। हाँ जी छोटी भाजी निबड़ गया थोड़ा, ठीक है जी। यार अनमोले इंटरटेनर तो साड़ा भी राजू, क्योंकि बड़ी सेवा नभाइए, अज इस पिंड की जी रोशनी है भाजी मेरे पिंड तक जा रही है नडाले तक, हूँ पता लग गया सी मैं उत्थे ही आ। जोरदार ताड़ी मार लो जी यार अनमोले इंटरटेनर। और किसी मेरे वीर भाजी ग्रुप चाहिए हो, सभ्याचार बड़ा वधिया मेरा वीर काम करता है,
ਔਰ ਸੋਨੂ ਜੀ ਜਰਨੈਲ ਸਿੰਘ ਸਨ ਆਫ ਕਿੱਥੇ ਨੇ ਸੋਨੂ ਵੀਰਾ ਕਿੱਥੇ ਜੀ ਸਾਡਾ ਛੋਟੀ ਜੀ ਕੋਲ ਹੈ ਜੀ ਸੋਨੂ ਵੀਰਾ ਇੱਕ ਮੈਂ ਹੁਣ ਕਹਿਣਾ ਚਾਹਾਂਗਾ ਕਿ ਜਿਹੜੇ ਖੜੇ ਨੇ ਉਹ ਬਹਿ ਜਾਓ ਜਿਹੜੇ ਖੜੇ ਨੇ ਬਹਿ ਜਾਓ ਜਿਹੜੇ ਬੈਠੇ ਨੇ ਭਾਜੀ ਲੰਮੇ ਪੈ ਜਾਓ ਭਾਜੀ ਜਿਹੜੇ ਲੰਮੇ ਪੈ ਗਏ ਇਹਨੂੰ ਚੱਕ ਕੇ ਘਰ ਨੂੰ ਲੈ ਜਾਓ ਸੋਨੂ ਭਾਜੀ ਸਾਡੇ ਕੋਲ ਹੈ ਜੀ ਛੋਟੀ ਜੀ ਸੋਨੂ ਭਾਜੀ ਨੂੰ ਹਾਂਜੀ ਹਾਂਜੀ ਉਹ ਮੈਂ ਤਾਂ ਭਾਜੀ ਕਰਦਾ ਹੀ ਬੰਦਾ ਵਾ ਪਿਆਰ ਹੀ ਤੁਹਾਡਾ ਬਹੁਤ ਆ ਭਾਜੀ ਜੈਕਾਰਾ ਸ਼ੇਰਾਂ ਵਾਲੀ ਮਾਂ ਦਾ ਬੋਲੀਏ ਸੱਚੇ ਦਰਬਾਰ ਕੀ ਹੁਣ ਦੇਖਣਾ ਸਾਡੀਆਂ ਭੈਣਾਂ ਵੱਲੋਂ ਜਾਰੀ ਆਵਾਜ਼ ਆਉਂਦੀ ਕਿੱਦਾਂ ਸਾਡੇ ਵੀਰਾਂ ਵੱਲੋਂ ਕਿਆ ਬਾਤ ਹੈ ਜੀ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਜੀ ਮੇਰੇ ਵਾਸਤੇ ਕਿਉਂਕਿ ਸੁਣਾ ਹੈ ਅੱਜ ਮਾਂ ਸ਼ੇਰੋਂ ਵਾਲੀ ਕੀ ਸਵਾਰੀ ਆਈ ਹੈ ਦੋਸ਼ੀ ਸਾਹਿਬ ਤੋਂ ਆਪਣਾ ਕੰਮ ਕਰਕੇ ਆਪਾਂ ਮੇਰੇ ਵਰਗੇ ਗੁਨਾਹਗਾਰੋਂ ਕੀ ਵਾਰੀ ਆਈ ਹੈ ਯਾਰ ਬਾਲ ਸਟੂਡੀਓ ਦੀ ਇੱਕ ਮੂਵੀ ਵਾਲੇ ਵੀਰ ਵਾਸਤੇ ਜ਼ੋਰਦਾਰ ਤਾੜੀ ਮਾਰ ਦਿਓ ਵਿਚਾਰਾ ਦੇਖਦੇ ਨੇ ਮੈਨੂੰ ਹਨੇਰੇ ਜੀ ਯਾਰ ਆ ਜਾਓ ਤੁਸੀਂ ਆ ਜਾਓ ਬਾਲ ਡੈਜੀਟਲ ਸਟੂਡੀਓ ਭਾਜੀ ਹੋ ਗਿਆ ਬਾਲ ਡੈਜੀਟਲ ਸਟੂਡੀਓ ਬੜੀਆਂ ਖੂਬਸੂਰਤ ਯਾਦਾਂ ਨੂੰ ਖੂਬਸੂਰਤ ਔਰ ਇੱਕ ਛੋਟੀ ਜਿਹੀ ਕੋਲਾ ਜੀ ਹੁਣ ਸਾਡੇ ਪੂਰੇ ਪ੍ਰਬੰਧਕ ਕਮੇਟੀ ਨੂੰ ਪੂਰੀ ਮੈਨੇਜਮੈਂਟ ਟੀਮ ਨੂੰ ਸਾਡੀ ਪੂਰੀ ਮੈਨੇਜਮੈਂਟ ਟੀਮ ਢਿੱਲੋਂ ਸਾਹਿਬ ਗੋਪੀ ਢਿੱਲੋਂ ਕਿੱਥੇ ਗਿਆ ਯਾਰ ਸਾਡਾ ਵੀ ਆ ਜਾ ਉੱਠ ਕੇ ਰਵੀ ਸੋਤਾ ਜੀ ਕੀ ਗੱਲ ਥੱਕ ਗਿਆ ਜ਼ਿਆਦਾ ਨੱਚ ਲਿਆ ਆ ਜਾ ਉੱਠ ਕੇ ਸਾਰੇ ਬਾਬਾ ਨਾਇਕ ਕੀ ਗੱਲ ਥੱਕ ਗਏ ਹੋ ਸਾਰੇ ਆਓ ਯਾਰ ਉੱਠ ਕੇ ਇੱਕ ਸਾਰੀ ਇੱਕ ਗਰੁੱਪ ਫੋਟੋ ਸਨੀ ਦੋਸ਼ੀ ਜੀ ਦੇ ਨਾਲ ਉਸ ਤੋਂ ਬਾਅਦ ਸੁਲਾਸਟ ਸਨੀ ਦੋਸ਼ੀ ਜੀ ਕਿੰਨੀਆਂ 40 ਬੇਟਾ ਸੁਲਾਸਟ 2 ਬੇਟਾ ਡਾਕਟਰ ਡਿੰਪਲ ਜੀ ਸੋ ਡਾਕਟਰ ਡਿੰਪਲ ਜੀ ਯਾਰ ਸਾਡਾ ਵੀਰ ਔਰ ਸਰਦਾਰ ਮਹਿੰਦਰ ਸਿੰਘ ਜੀ ਮਾਨ ਫੈਮਿਲੀ ਚੋਂ ਸਾਬਕਾ ਸਰਪੰਚ ਸਾਹਿਬ ਬੜਾ ਪਿਆਰ ਹੈ ਬੜਾ ਸਤਿਕਾਰ ਹੈ ਮਿਹਰਬਾਨੀ ਸ਼ੁਕਰੀਆ ਜੀ ਔਰ ਕਮੇਟੀ ਮੈਂਬਰ ਇਹ ਸਾਡੇ ਪ੍ਰਧਾਨ ਸਾਹਿਬ ਕਿੱਧਰ ਗਏ ਵੀਰੋ ਭਾਜੀ ਇਹਨਾਂ ਦਾ ਹੱਕ ਹੈ ਜੀ ਆ ਥੋੜ੍ਹੀ ਭਾਜੀ ਸਾਂਭੋ ਇੱਥੇ ਔਰ ਅਜੂ ਅਜੂ ਕਿੱਥੇ ਗਿਆ ਸਾਡਾ ਵੀਰ ਅਜੂ ਨਾਲ ਹੋ ਯਾਰ ਅਜੂ ਮਾਨ ਜੀ ਸਾਡਾ ਵੀਰ ਅਜੂ ਮਾਨ ਜੀ ਨਾਲ ਹੋ ਯਾਰ ਭਾਜੀ ਲੈਟ ਹਾਰੇ ਕਰੋ ਹਨੇਰੇ 'ਚ ਵੈਸੇ ਮੇਰਾ ਵੀ ਦੇਖਦਾ ਨਹੀਂ ਹੈ ਭਾਜੀ ਤੁਸੀਂ ਵੀ ਆ ਜਾਓ ਡਾਕਟਰ ਸਾਹਿਬ ਉੱਤੇ ਔਰ ਸਾਡੇ ਸਰਦਾਰ ਬਲਵੀਰ ਸਿੰਘ ਜੀ ਪੰਜਾਬ ਪੁਲਿਸ ਤੋਂ ਬੜਾ ਪਿਆਰ ਭੇਜਦੇ ਨੇ ਵੈਸੇ ਤਾਂ ਪੰਜਾਬ ਪੁਲਿਸ ਪੈਸੇ ਲੈਂਦੀ ਹੈ ਪਰ ਪਹਿਲੀ ਵਾਰ ਦੇ ਕੇ ਗਏ ਨੇ ਮੈਨੂੰ ਸਪੈਸ਼ਲ 500 ਰੁਪਈਆ ਜੀ ਸਰਦਾਰ ਬਲਵੀਰ ਸਿੰਘ ਜੀ ਪੰਜਾਬ ਪੁਲਿਸ ਕਿੱਥੇ ਬੈਠੇ ਨੇ ਪ੍ਰਧਾਨ ਸਾਹਿਬ ਦੇ ਜੀਜਾ ਜੀ ਬੜਾ ਪਿਆਰ ਹੈ ਬੜਾ ਸਤਿਕਾਰ ਹੈ ਮਿਹਰਬਾਨੀ ਸ਼ੁਕਰੀਆ ਕਿਉਂਕਿ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਮੈਂ ਨਾ ਕਰ ਬੰਦਿਆ ਤੇਰੀ ਮੈਂ ਦੱਬ ਜਾਏਗੀ ਟੂਟ ਫਿਰ ਬੜੇ ਖਜ਼ਾਨੇ ਸਾਹਿਬ ਕੇ ਨੀਵਾ ਹੋ ਕੇ ਲੋਟ ਕਿਉਂਕਿ ਨਾਨਕ ਨੀਵੇਂ ਜੋ ਚਲੇ ਲਾਗੇ ਨਾ ਸਾਥੀ ਵਾਓ ਕਿਉਂਕਿ ਜੁਗਤਾ ਉਹ ਹੈ ਸੋ ਜੁਗਤਾ ਉਹੀ ਹੈ ਜਿਸਮੇ ਜਾਨ ਹੋਤੀ ਹੈ ਯੇ ਆਕੜ ਹੀ ਮੁਰਦੋ ਕੀ ਪਹਿਚਾਨ ਹੋਤੀ ਹੈ ਐਸੇ ਕਰਕੇ ਭਾਜੀ ਨੀਵੇਂ ਹੋ ਕੇ ਰਿਹਾ ਕਰੋ ਜੀ ਔਰ ਮੈਂ ਕਿਤੇ ਜਾ ਰਿਹਾ ਫਿਰ ਤੋਂ ਮੈਂ ਉਹੀ ਖੂਬਸੂਰਤ ਆਵਾਜ਼ ਹਾਂਜੀ ਹੋ ਗਿਆ ਭਾਜੀ ਸ਼ਿੰਦਾ ਠੀਕ ਹੈ ਜੀ ਉਧਰੋਂ ਦੇਖੋ ਜੀ ਦੋਸ਼ੀ ਜੀ ਕੀ ਕਹੀ ਜਾਂਦਾ ਕਹਿੰਦੇ ਪੰਜਾਬ ਪੁਲਿਸ ਨੇ ਇੱਥੇ 500 ਰੁਪਇਆ ਦਿੱਤਾ ਜੀ ਜਾ ਕੇ ਹਜ਼ਾਰ ਲੈ ਲੈਣਾ ਬਾਅਦ ਨਾ ਕੇ ਨਹੀਂ ਭਾਜੀ ਏਦਾਂ ਦੇ ਨਹੀਂ ਹੈਗੇ ਭਾਜੀ ਇੱਕ ਵਾਰੀ ਪੰਜਾਬ ਪੁਲਿਸ ਵਾਸਤੇ ਜ਼ੋਰਦਾਰ ਤਾੜੀ ਮਾਰੋ ਜੀ ਕਿਉਂਕਿ ਬੜੀ ਵੱਡੀ ਦੇਣ ਆ ਇਹਨਾਂ ਦੀ ਅੱਜ ਅਸੀਂ ਇਹ ਜੋ ਖੁੱਲ੍ਹੇ ਅਸਮਾਨ ਦੇ ਵਿੱਚ
ਸਾਹ ਲੈ ਰਹੇ ਹਾਂ ਜਾਂ ਭਗਵਤੀ ਮਾਂ ਦੇ ਜਾਗਰਣ ਕਰਵਾ ਰਹੇ ਹਾਂ, ਜਿੰਨੇ ਸੱਭਿਆਚਾਰ ਮੇਲੇ ਕਰਵਾ ਰਹੇ ਹਾਂ, ਇਹ ਸਾਰੀ ਸਾਨੂੰ ਪੰਜਾਬ ਪੁਲਿਸ ਦੀ ਦੇਣ ਹੈ। ਕਰੀ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਨਾਂ 'ਤੇ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਜੀ। ਔਰ ਸੋਨੂ ਜੀ, ਉਹਨਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਅਗਰ ਸਾਡੀ ਆਵਾਜ਼ ਨਹੀਂ ਸੁਣਦੇ ਹੋ, ਸੋ ਜਲਦ ਤੋਂ ਜਲਦ ਆਪਣਾ ਸਨਮਾਨ 3000 ਬਾਅਦ ਦਰਜੀ ਦੇ ਸਟੂਡੀਓ ਦਾ ਹੋ ਗਿਆ ਜੀ। ਸੋਨੂ ਸਾਨੂੰ ਜਰਨੈਲ ਸਿੰਘ ਜੀ ਔਰ ਨਿੰਮਾ ਸਾਡਾ ਵੀਰ ਤਾਜ ਵੀਰ। ਹਾਂਜੀ, ਕਿੱਧਰ ਬਹਿ ਜਾਓ ਜੀ, ਬਹਿ ਜਾਓ। ਹੁਣ ਤਾਰਾ ਰਾਣੀ ਦਾ ਟਾਈਮ ਹੋ ਗਿਆ ਜੀ, ਕਿਉਂਕਿ ਮਾਂ ਦੇ ਕੋਲੋਂ ਕੁਝ ਨਾ ਕੁਝ ਲੈਣਾ ਤੇ ਤੁਹਾਨੂੰ ਬਹਿਣਾ ਹੀ ਪੈਣਾ ਜੀ। ਮੈਂ ਪਹਿਲਾਂ ਵੀ ਕਿਹਾ ਨਾ ਕਿ ਜਦ ਤੱਕ ਤੂੰ ਕੁਝ ਖੋ ਨਹੀਂ ਸਕਦਾ, ਤੁਝੇ ਉਸਕਾ ਦੀਦਾਰ ਹੋ ਨਹੀਂ ਸਕਦਾ, ਕਿਉਂਕਿ ਅੰਬੇ ਮਾਂ ਨਾ ਗਿਣ ਕੇ ਦੇਤੀ ਹੈ ਨਾ ਤੋਲ ਕੇ ਦੇਤੀ ਹੈ, ਜਿਸੇ ਵੀ ਦੇਤੀ ਹੈ ਦਿਲ ਖੋਲ ਕੇ ਦੇਤੀ ਹੈ। ਹੁਣ ਤੁਹਾਡੀਆਂ ਆਸਾਂ ਮਰਾਦਾਂ ਪੂਰੀਆਂ ਹੋਣ ਦਾ ਟਾਈਮ ਆ ਗਿਆ ਜੀ, ਕਿਉਂਕਿ ਭਗਤਾਂ ਨੇ ਆਣ ਕੇ ਇੱਥੇ ਅਰਦਾਸ ਕਰਨੀ ਆ, ਔਰ ਤੁਸੀਂ ਅਰਦਾਸ ਕਰਾਉਣੀ ਹੈ, ਜੋ ਵੀ ਤੁਹਾਡੇ ਮਨ ਦੇ ਵਿੱਚ ਮਨੋ ਭਾਵਨਾ ਤੁਹਾਡੀ ਸਾਰਿਆਂ ਦੀ ਪੂਰੀ ਹੋਣੀ ਹੈ ਜੀ। ਔਰ ਸਾਡੇ ਵੀਰ ਨਿੰਮਾ ਜੀ, ਕਿਉਂਕਿ ਇਹਨਾਂ ਦਾ ਵੀ ਬੜਾ 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 ਯੋਗਦਾਨ ਹੈ ਜੀ। ਸੋ ਜਲਦ ਤੋਂ ਜਲਦ ਸਟੇਜ ਲਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਸੋ ਜੈਕਾਰਾ ਸ਼ੇਰਾਂ ਵਾਲੀ ਮਾਂ ਦਾ ਬੋਲੀਏ ਸੱਚੇ ਦਰਬਾਰ ਕੀ। ਪੰਜਾਬ ਪੁਲਿਸ ਬੋਲੋ ਕੀ ਗੱਲ, ਆਵਾਜ਼ ਬੜੀ ਘੱਟ ਨਿਕਲ ਰਹੀ। ਜੈਕਾਰਾ ਸ਼ੇਰਾਂ ਵਾਲੀ ਮਾਂ ਦਾ ਬੋਲੀਏ ਸੱਚੇ ਦਰਬਾਰ ਕੀ। ਭੈਣਾਂ ਵਾਲੇ ਪਾਸੇ ਚਾਹ ਨਹੀਂ ਮਿਲੀ ਲੱਗਦਾ ਜੀ। ਵੈਸੇ ਭਾਜੀ ਵੀਰੇ ਭਾਜੀ, ਵਿਆਹ ਦਾ ਕੋਈ ਵੀ ਫੰਕਸ਼ਨ ਹੋਵੇ ਨਾ, ਇਹ 5-7 ਭੈਣਾਂ ਇਕੱਠੀਆਂ ਹੋਈਆਂ ਹੁੰਦੀਆਂ, ਪੂਰਾ ਪਿੰਡ ਸਿਰ ਦੇ ਚੱਕਣਾ ਲਿਆ ਹੁੰਦਾ। ਕਿ ਮੱਥੇ ਦੇ ਚਮਕਣ ਵਾਲ ਮੇਰੇ ਬੰਨੜੇ ਦੇ, ਬੰਨੜੇ ਦਾ ਸਿਰ ਭਾਵੇਂ ਖਰਬੂਜੇ ਵਰਗਾ ਹੋਵੇ, ਗਾ ਗਾ ਕੇ ਵਾਲੇ ਹੁੰਦੀਆਂ ਨੇ। ਕਿਉਂਕਿ ਕੀੜੀ ਕੋ ਕਭੀ ਤਰਾਜੂ ਮੈਂ ਤੋਲਾ ਨਹੀਂ ਜਾਤਾ, ਹਾਲ ਦਿਲ ਕਾ ਸਭ ਕੇ ਸਾਹਮਣੇ ਖੋਲਾ ਨਹੀਂ ਜਾਤਾ, ਮਾਂਗਣਾ ਹੋਤਾ ਹੈ ਮਾਂ ਸੇ ਤੋ ਚਲਤੀ ਹੈ ਜਵਾਂ ਕੈਂਚੀ ਕੀ ਤਰ੍ਹਾਂ, ਬੋਲਣਾ ਹੋਤਾ ਜੈਕਾਰਾ ਤੋ ਮੂੰਹ ਖੋਲਾ ਨਹੀਂ ਜਾਤਾ। ਔਰ ਜ਼ਿਆਦੀਆਂ ਗੱਲਾਂ ਨਾ ਕਰਦੇ ਹੋਏ, ਕਿਉਂਕਿ ਮੇਰਾ ਵੀਰ ਕਈ ਦਿਨਾਂ ਤੋਂ, ਔਰ ਸੋਨੂੰ ਭਾਅ ਜੀ ਦਾ ਸਨਮਾਨ ਬਿੰਦੂ ਭਾਅ ਜੀ ਲੈ ਰਹੇ ਨੇ। ਅਜੀ ਭਾਅ ਜੀ, ਵੈਸੇ ਤੁਹਾਡੇ ਆਉਣ ਤੋਂ ਪਹਿਲਾਂ ਨਿਬੇੜ ਲਿਆ ਸੀ ਵੱਡਾ ਕੰਮ, ਥੋੜ੍ਹਾ ਜਿਹਾ ਬਸ ਹੁਣ ਠੀਕ ਹੈ ਜੀ। ਔਰ ਸਲਾਸ ਦੋ ਭੇਟਾਂ ਦੇ ਨਾਲ ਸਨੀ ਦੋਸ਼ੀ ਜੀ, ਉਸ ਤੋਂ ਬਾਅਦ ਸਾਰਾ ਰਾਣੀ ਦੀ ਜਿਹੜੀ ਅਮਰ ਕਥਾ ਉਹ ਸ਼ੁਰੂ ਹੋ ਜਾਣੀ ਹੈ ਜੀ। ਸੋ ਜ਼ੋਰਦਾਰ ਤਾੜੀ ਮਾਰੋ, ਕਰੋ ਫਿਰ ਜ਼ੋਰਦਾਰ ਤਾੜੀ ਮਾਰੋ, ਜਿਹੜੇ ਦੋਸ਼ੀ ਜੀ ਨੂੰ ਪਿਆਰ ਕਰਦੇ ਹੋ ਜ਼ੋਰਦਾਰ। ਕਿਆ ਬਾਤ ਹੈ ਜੀ, ਮੈਨੂੰ ਹੁਣ ਇੰਗਲੈਂਡ ਤੋਂ ਫੋਨ ਆਇਆ, ਆਪਣਾ ਲਾਈਵ ਪ੍ਰੋਗਰਾਮ ਦੇਖ ਰਿਹਾ ਹੈ। ਉਹ ਕਹਿੰਦੇ ਮਾਤਾ ਦੇ ਭਜਨ ਸੁਣਾਓ। ਇੱਕ ਮੇਰਾ ਨਵਾਂ ਭਜਨ ਆਇਆ ਸੀ, ਤੂੰ ਬੋਲ ਜਕਾਰੇ ਸੁਣ ਭਗਤਾ, ਮੇਰੀ ਮਾਂ ਦੇ ਪਿਆਰੇ ਸੁਣ ਭਗਤਾ, ਕਿਉਂ ਕਰਦਾ ਏ ਤੂੰ ਸੰਗ ਬੜੀ, ਜੈਕਾਰਾ ਗੁੰਜੇ ਗਲੀ ਗਲੀ, ਸਾਨੂੰ ਨਾਮ ਦੀ ਮਸਤੀ ਚੜੀ ਚੜੀ। ਨਾਮ ਦੀ ਮਸਤੀ ਵੀ ਕਿਸੇ ਕਿਸੇ ਨੂੰ ਚੜ੍ਹਦੀ ਹੈ। ਉਹੀ ਭਜਨ ਮੈਂ ਆਖਰੀ ਰੂਬਰੂ ਕਰ ਰਿਹਾ, ਫਰਮਾਇਸ਼ ਪੂਰੀ ਕਰ ਰਿਹਾ। ਪਹਿਲਾਂ ਗਾ, ਤੂੰ ਬੋਲੀ ਜੈਕਾਰੇ ਸੁਣ ਭਗਤਾ, ਮੇਰੀ ਮਾਂ ਦੇ ਪਿਆਰੇ ਸੁਣ ਭਗਤਾ, ਪਿਆਰੇ ਸੁਣ ਭਗਤਾ, ਕਿਉਂ ਕਰਦਾ ਏ ਤੂੰ ਸੰਗ ਬੜੀ, ਜੈਕਾਰਾ ਗੁੰਜੇ ਗਲੀ ਗਲੀ, ਸਾਨੂੰ ਨਾਮ ਦੀ ਮਸੀ ਚੜੀ ਚੜੀ, ਮਸੀ ਚੜੀ ਚੜੀ। ਆਖਰੀ ਪੇਟ ਕਬੂਲ ਕਰੇ, ਉਸ ਤੋਂ ਬਾਅਦ ਮਾਫੀ ਚਾਹਵਾਂਗੇ। ਤਾਰਾ ਰਾਣੀ ਦੀ ਕਥਾ ਜਾਗਰਣ ਦਾ ਮੂਲ ਮੰਤਰ ਹੈ, ਉਹ ਤੁਸੀਂ ਸਾਰਿਆਂ ਨੇ ਸੁਣ ਕੇ ਜਾਣੀ ਹੈ। ਆਓ ਜੀ, ਮੇਰੀ ਮਾਂ ਦੇ ਪਿਆਰੇ, ਕਿਉਂ ਕਰਦਾ ਏ ਤੂੰ ਸੰਗ ਬੜੀ,
ਬਣਾ ਦੇ।